ਫਿਲਹਾਲ ਵਧਦੇ ਅਗਲੀ ਖਬਰ ਵੱਲ। ਸ਼ਹੀਦੇ ਆਜ਼ਮ ਭਗਤ ਸਿੰਘ ਦੇ ਸੁਪਨਿਆਂ ਦਾ ਪੰਜਾਬ। ਸੁਪਨਿਆਂ ਦਾ ਪੰਜਾਬ ਬਣਾਉਣ ਲਈ ਪੀਪਲਸ ਪਾਰਟੀ ਆਫ ਪੰਜਾਬ ਦੀ ਸਥਾਪਨਾ ਕੀਤੀ ਗਈ ਸੀ, ਪਰ ਇਹ ਪਾਰਟੀ ਅੱਜ ਆਪਣੇ ਮਕਸਦ ਤੋਂ ਭਟਕ ਗਈ ਹੈ ਅਤੇ ਇਸ ਪਾਰਟੀ ਵਿੱਚ ਚੰਗੇ ਵਿਚਾਰਾਂ ਨਾਲ ਕੰਮ ਕਰ ਰਹੇ ਲੀਡਰਾਂ ਦਾ ਆਮ ਆਦਮੀ ਪਾਰਟੀ ਸਵਾਗਤ ਕਰ ਰਹੀ ਹੈ। ਇਹੀ ਕਹਿੰਦੇ ਹੋਏ ਲੁਧਿਆਣਾ ਵਿਖੇ ਆਮ ਆਦਮੀ ਪਾਰਟੀ ਵੱਲੋਂ ਇੱਕ ਹੋਰ ਆਗੂ ਦਾ ਸਵਾਗਤ ਕੀਤਾ ਗਿਆ। 27 ਮਾਰਚ 2011 ਵਾਲੇ ਦਿਨ ਖਟਕੜ ਕਲਾਂ ਵਿਖੇ ਬਣਾਈ ਗਈ ਸੀ ਪੀਪਲਸ ਪਾਰਟੀ ਆਫ ਪੰਜਾਬ। ਪੀਪਲਸ ਪਾਰਟੀ ਆਫ ਪੰਜਾਬ ਸੂਬੇ ਵਿੱਚ ਤੀਜੀ ਧਿਰ ਬਣ ਕੇ ਉਭਰੀ। ਪੰਜਾਬੀਆਂ ਨੂੰ ਇੱਕ ਨਵੇਂ ਬਦਲਾਅ ਦੇ ਸੁਪਨੇ ਦਿਖਾਏ ਗਏ। ਭਗਤ ਸਿੰਘ ਦੇ ਸੁਪਨਿਆਂ ਦਾ ਪੰਜਾਬ ਬਣਾਉਣ ਦੇ ਵਾਅਦੇ ਵੀ ਕੀਤੇ ਗਏ, ਪਰ ਫਿਰ ਚੋਣਾਂ ਮਗਰੋਂ ਆਏ ਨਤੀਜੇ ਨੇ ਸਾਰੀ ਹੀ ਮਿਹਨਤ ਉੱਤੇ ਪਾਣੀ ਫੇਰ ਦਿੱਤਾ। ਪੀਪੀਪੀ ਨੂੰ ਪੰਜਾਬ ਵਿੱਚ ਇੱਕ ਵੀ ਸੀਟ ਨਾ ਮਿਲੀ ਤੇ ਫਿਰ ਪੀਪੀਪੀ ਦੇ ਕਰਤਾ ਧਰਤਾ ਮਨਪ੍ਰੀਤ ਸਿੰਘ ਬਾਦਲ ਨੇ ਕਾਂਗਰਸ ਦਾ ਪੱਲਾ ਫੜ ਲਿਆ। ਇਸ ਨਾਲ ਪੀਪੀਪੀ ਵਿੱਚ ਸ਼ਾਮਲ ਆਗੂ ਮਨਪ੍ਰੀਤ ਸਿੰਘ ਬਾਦਲ ਦੇ ਫੈਸਲੇ ਤੋਂ ਨਾਖੁਸ਼ ਨਜ਼ਰ ਆਏ ਤੇ ਹੁਣ 2017 ਵਿਧਾਨ ਸਭਾ ਚੋਣਾਂ ਨੇੜੇ ਨੇ ਤੇ ਪੀਪੀਪੀ ਦੇ ਆਗੂ ਆਮ ਆਦਮੀ ਪਾਰਟੀ ਵਿੱਚ ਆਉਣੇ ਸ਼ੁਰੂ ਹੋ ਗਏ ਨੇ ਤੇ ਹੁਣ ਪੀਪੀਪੀ ਦੇ ਫਾਊਂਡਰ ਮੈਂਬਰ ਗੁਰਪ੍ਰੀਤ ਭੱਟੀ ਆਮ ਆਦਮੀ ਪਾਰਟੀ ਵਿੱਚ ਆ ਗਏ ਨੇ, ਜਿਨ੍ਹਾਂ ਦਾ ਭਗਵੰਤ ਮਾਨ ਤੇ ਸੰਜੇ ਸਿੰਘ ਵੱਲੋਂ ਪਾਰਟੀ ਵਿੱਚ ਸਵਾਗਤ ਕੀਤਾ ਗਿਆ। ਮੈਨੂੰ ਅੱਜ ਬੜੀ ਖੁਸ਼ੀ ਹੈ ਕਿ ਸਾਡੇ ਪਰਿਵਾਰ ਦੇ ਵਿੱਚ ਵਾਧਾ ਹੋ ਰਿਹਾ ਹੈ। ਆਮ ਆਦਮੀ ਪਾਰਟੀ ਦਾ ਜਿਹੜਾ ਕਾਫਲਾ ਹੈ ਉਹ ਵੱਡਾ ਹੋ ਰਿਹਾ। ਜੋ ਆਮ ਆਦਮੀ ਪਾਰਟੀ ਬਣਾਈ ਸੀ ਤਾਂ ਇਹਦੇ ਵਿੱਚ ਇਹੀ ਕਿਹਾ ਗਿਆ ਸੀ ਕਿ ਅਸੀਂ ਪੋਲੀਟੀਕਲ ਆਲਟਰਨੇਟਿਵ ਦੇਵਾਂਗੇ, ਰਾਜਨੀਤਿਕ ਬਦਲ ਦੇਵਾਂਗੇ ਲੋਕਾਂ ਨੂੰ। ਚੰਗੇ ਬੰਦੇ ਕਈ ਪਾਰਟੀਆਂ 'ਚ, ਬਹੁਤ ਸਾਰੀਆਂ ਪਾਰਟੀਆਂ 'ਚ ਨੇ, ਉਹ ਹਿੰਮਤ ਕਰਨ ਆਪਣੀਆਂ ਪਾਰਟੀਆਂ ਦੇ ਛੱਡ ਕੇ ਅਤੇ ਉਹਨਾਂ ਨੂੰ ਅੱਛਾ ਕੰਮ ਕਰਨ ਦਾ, ਸਵਾਰਥ ਰਹਿਤ ਜਿਹੜਾ ਕੰਮ ਕਰਨ ਦਾ ਮੌਕਾ ਮਿਲੂਗਾ। ਉਸੇ ਲੜੀ ਤਹਿਤ ਅੱਜ ਗੁਰਪ੍ਰੀਤ ਭੱਟੀ ਜੀ, ਜਿਹੜੇ ਵਾਈਸ ਪ੍ਰੈਜੀਡੈਂਟ ਵੀ ਅਤੇ ਫਾਊਂਡਰ ਮੈਂਬਰ ਪੀਪਲਸ ਪਾਰਟੀ ਆਫ ਪੰਜਾਬ ਦੇ, ਅਸੀਂ ਇਕੱਠੇ ਕੰਮ ਕੀਤਾ। ਇਹਨਾਂ ਨੇ ਖੰਨੇ ਤੋਂ ਇਲੈਕਸ਼ਨ ਲੜੀ, ਮੈਂ ਲਹਿਰੇ ਗਾਗੇ ਤੋਂ ਲੜੀ। ਬਹੁਤ ਭਾਰੀ ਗਿਣਤੀ 'ਚ ਲੋਕਾਂ ਨੇ ਸਮਰਥਨ ਦਿੱਤਾ, ਪਰ ਜਿਸ ਤਰ੍ਹਾਂ ਇਹਨਾਂ ਨੇ ਕਿਹਾ ਕਿ ਕਿਤੇ ਨਾ ਕਿਤੇ ਜਿਹੜੀ ਪੀਪੀਪੀ ਉਹ ਆਪਣੇ ਮਕਸਦ ਤੋਂ, ਜਦੋਂ ਮਨਪ੍ਰੀਤ ਜੀ ਨੇ ਬਠਿੰਡੇ ਤੋਂ ਇਲੈਕਸ਼ਨ ਲੜੀ ਤਾਂ ਮੈਂ ਇਸ ਗੱਲ ਦਾ ਵਿਰੋਧ ਕਰ ਰਿਹਾ ਸੀ ਉਸ ਵੇਲੇ ਵੀ ਕਿ ਆਪਾਂ ਨੂੰ ਆਮ ਆਦਮੀ ਪਾਰਟੀ ਆਪਣੇ ਵਰਗੀ ਹੀ ਪਾਰਟੀ ਹੈ, ਬਿਲਕੁਲ ਸੇਮ VIP ਕਲਚਰ ਨੂੰ ਖਤਮ ਕਰਨਾ, ਸਾਰੇ ਏਜੰਡੇ ਸੇਮ ਸੀ, ਪਰ ਉਸ ਵੇਲੇ ਉਹਨਾਂ ਨੇ, ਉਹਨਾਂ ਦੀ ਆਪਣੀ ਸੋਚ ਹੈ, ਉਹ ਆਪਣੇ ਹਿਸਾਬ ਨਾਲ ਉਹਨਾਂ ਰਾਜਨੀਤੀ ਕੀਤੀ, ਉਹ ਨਹੀਂ ਗਏ। ਉੱਥੇ ਸੰਜੇ ਸਿੰਘ ਵੀ ਇਸ ਮੌਕੇ ਇਹੀ ਕਹਿੰਦੇ ਹੋਏ ਨਜ਼ਰ ਆਏ ਕਿ ਪੀਪਲਸ ਪਾਰਟੀ ਆਫ ਪੰਜਾਬ ਆਪਣੇ ਮਕਸਦ ਤੋਂ ਭਟਕ ਗਈ ਹੈ। ਪੀਪੀਪੀ ਪਾਰਟੀ ਦਾ ਗਠਨ ਹੋਇਆ ਥਾ ਔਰ ਉਸ ਗਠਨ ਕੇ ਸਮੇਂ ਉਸਕੇ ਪ੍ਰਮੁੱਖ ਸੰਸਥਾਪਕ ਸਦੱਸਯ ਮਨਪ੍ਰੀਤ ਬਾਦਲ ਜੀ ਕੇ ਸਾਥ ਗੁਰਪ੍ਰੀਤ ਭੱਟੀ, ਭਗਵੰਤ ਮਾਨ, ਐਸੇ ਤਮਾਮ ਸਾਥੀ ਥੇ ਜਿਨ੍ਹੋਂਨੇ ਸ਼ਹੀਦੇ ਆਜ਼ਮ ਭਗਤ ਸਿੰਘ ਕੇ ਸਪਨੋ ਕਾ ਪੰਜਾਬ ਬਣਾਨੇ ਕੇ ਲੀਏ ਉਸ ਪਾਰਟੀ ਕੇ ਸਥਾਪਨਾ ਕੀ ਥੀ। ਲੋਕੋ ਕੀ ਸੇਵਾ ਕਰਨੇ ਕੇ ਲੀਏ, ਨੌਜਵਾਨੋਂ ਕੋ ਇਕੱਤ੍ਰਿਤ ਕਰਨੇ ਕੇ ਲੀਏ, ਪੰਜਾਬ ਕੋ ਦੁਸ਼ਵਾਰੀਓਂ ਸੇ ਨਿਕਾਲਨੇ ਕੇ ਲੀਏ ਉਸ ਪਾਰਟੀ ਕੀ ਸਥਾਪਨਾ ਕੀ ਥੀ। ਔਰ ਜੈਸੇ ਜੈਸੇ ਸਮੇਂ ਬੀਤਤਾ ਗਿਆ ਔਰ ਇਹ ਆਭਾਸ ਹੋਣੇ ਲਗਾ ਸਾਥੀਓਂ ਕੋ ਕਿ ਆਜ ਸ਼ਹੀਦੇ ਆਜ਼ਮ ਭਗਤ ਸਿੰਘ ਕੇ ਸਪਨੋ ਕਾ ਪੰਜਾਬ ਬਣਾਨੇ ਕੇ ਸੰਕਲਪ ਕੋ ਪੂਰਾ ਕਰਨੇ ਕੇ ਲੀਏ, ਉਸਕੇ ਉਦੇਸ਼ਿਓਂ ਕੋ ਪੂਰਾ ਕਰਨੇ ਕੇ ਲੀਏ ਪੀਪੀਪੀ ਪਾਰਟੀ ਕੰਮ ਨਹੀਂ ਕਰ ਰਹੀ ਹੈ, ਤੋ ਸਮੇਂ ਸਮੇਂ ਪਰ ਸਾਥੀਓਂ ਨੇ ਉਨਸੇ ਨਾਤਾ ਤੋੜ ਕੇ ਆਮ ਆਦਮੀ ਪਾਰਟੀ ਮੇਂ ਸ਼ਾਮਿਲ ਹੋਣੇ ਕਾ ਫੈਸਲਾ ਕੀਆ। ਇੱਥੇ ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਪਹਿਲਾਂ ਗੁਰਚਰਨ ਸਿੰਘ ਟੌੜਾ, ਫਿਰ ਬਲਵੰਤ ਸਿੰਘ ਰਾਮੂਵਾਲੀਆ, ਸੁਰਜੀਤ ਸਿੰਘ ਬਰਨਾਲਾ, ਮਨਪ੍ਰੀਤ ਸਿੰਘ ਬਾਦਲ ਤੇ ਹੋਰ ਖੱਬੀ ਪਾਰਟੀਆਂ ਵੱਲੋਂ ਤੀਜੀ ਧਿਰ ਵਜੋਂ ਉਭਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਪਰ ਇਹ ਸਭ ਅਸਫਲ ਹੀ ਰਹੇ ਨੇ। ਇਸੇ ਲਈ ਇਸ ਵਾਰ ਤੀਜੀ ਧਿਰ ਆਮ ਆਦਮੀ ਪਾਰਟੀ ਦੀ ਪੰਜਾਬ ਵਿੱਚ ਹੋਂਦ ਬੇਸ਼ੱਕ ਆਪਣੀ ਮੌਜੂਦਗੀ ਜਤਾ ਗਈ ਹੈ, ਪਰ ਵਿਧਾਨ ਸਭਾ ਚੋਣਾਂ ਸਮੇਂ ਆਮ ਆਦਮੀ ਪਾਰਟੀ ਖੁਦ ਨੂੰ ਇੱਕ ਵੱਡੇ ਫੇਰਬਦਲ ਵਜੋਂ ਦੇਖ ਰਹੀ ਹੈ। ਬਿਊਰੋ ਰਿਪੋਰਟ, ਗਲੋਬਲ ਪੰਜਾਬ TV।